ਕਿ ਮੈਂ ਦੋ ਦੋ ਕਦਮ ਮੈਂ ਅੱਗਾਂ ਤੁਰਿਆ ਹੋ ਜਾਵੇ। ਪਿਛਲੇ ਮੋਮੇ ਨਾ ਸਨ ਬਾ ਸਨ ਬਹਿ ਗਿਆ ਸਨ ਬਿਸਮਿਲਾ ਮੈਂ ਦੋ ਦੋ ਕਦਮ ਅੱਗਾਂ ਤੁਰਿਆ ਉਹ ਕੁਝ ਨਹੀਂ ਆਉਂਦਾ। ਜਿਤਨਾ ਬੈਠੇ ਮੈਂ ਦੋ ਦੋ ਕਦਮ ਅੱਗਾਂ ਤੁਰਿਆ। ਮੌਲਾ ਤੁਹਾਡੀ ਬਾਤ ਦਾ ਕਬੂਲ ਫਰਮਾਵੇ, ਮਿਹਰਬਾਨੀ ਦੁਆਏ ਦੁਰੇ ਮਾਮੇ ਜ਼ਮਾਨਾ ਬਿਸਮਿਲਾ ਰਹਿਮਾਨ ਰਹੀਮ ਲਾਮਾ ਫੁੱਲੇ ਵਲੀ ਕਲੂ ਜਤ ਮਿਲ ਹਸਨ ਸਲਵਾਤ ਗਾਲੇ ਵਾਲਾ ਆਬਾਰੀ ਫੀ ਹਾਜ਼ਿਹ ਸਾਤੇ ਵਫੀ ਕਲੇ ਸਾਤ ਵਲੀਯੋ ਮਹਾਫਿਜ਼ੋਂ ਮਟਕਾਈ ਦੋ ਮਨਾਸਰੋਂ ਮਦਰੀ ਦੋ ਮਾਹਿਨਾ ਹਤਾ ਤੁਸਕਨ ਅਬੂ ਅਰਕਤਵਨ ਵਾਹਿਗੁਰੂ ਯਾ ਬਾਬੁਲ ਹਵਾਇਜ ਯਾ ਅਬਲ ਫਜ਼ਲ ਬਾਬ ਸਲਾਮ ਯਾ ਬਾਬੁਲ ਹਵਾਇਜ ਯਾ ਅਬੀ ਜਾਬਾ ਉਮਰ ਮਸਾਇਦ ਸਲਾਮ ਅੱਲਾਹ ਅਲੈਹਾ ਮਿਨ ਅੱਲਾਹ ਅਸ਼ਸ਼ੀਅਸ ਸੁਨੇ ਭਾਈਆਂ ਦੀ ਇਹ 10 ਦਿਨ ਦੀ ਡਿਊਟੀ ਆਪਣੇ ਦਰਬਾਰ ਮਨਜ਼ੂਰ ਤੁਹਾਨੂੰ ਕਬੂਲ ਫਰਮਾ।
بسم الله الرحمن الرحيم صلوا الحمد لله اشرف الانبیاء والمرسلین سید رات صلوات اللہ نے سلام محرم ہو گئی ہے دودی دا مہمان ہے بی بی زینب دا وی داں دا دی ہوے بتول دے چمن تے لوڑی پے سبحان جوڑے پلا باو الصلاۃ و سلام علی قبول فرماوے دل چاہندا ہے توانوں ہون دی شہادت دا جملہ سناواں جیندے آسے تے علی دیاں دیاں مدینے وچ سبحان اللہ آدا پیاں مکا ماں علی دیاں دیاں دا تے جدا غازی زینت لہر او آئے مظلومی دے او کے دین دا شاہ وچ مک تل دے آدھا پیاں چاہ کالی مشا کے تے اللہ مد پر دے تر تر دے دار تو جان تیری چادر جان او شاہ بین وحدا سبحان
ਲਾਲ ਲਜਮਾ ਤੋਂ ਹੀ ਆਦਾ ਪਿਆ ਮੁੱਚਾ ਮਾਣ ਅਲੇ ਦੀਆਂ ਦੀਆਂ ਦਾ ਤੇ ਜੱਦਾਂ ਗਾਜ਼ੇ ਜ਼ੀਨਤ ਲਾਏ ਗਏ ਓ ਹਾਏ ਮਜ਼ਲੂਮੀ ਦੇ ਓ ਕੇ ਦੇਂਦਾ ਸ਼ਾਹ ਵਿੱਚ ਮੱਕ ਤਲ ਦੇ ਆਦਾ ਪੀਆ ਚਾ ਕਾਲੀ ਮਸ਼ਾ ਕਿਤੇ ਅੱਲਾ ਮਦਪੁਰ ਦੇ ਵਾਹ 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 ਜੀ ਬਿਸਮਿਲ੍ਲਾ ਜੀ ਓ ਸ਼ਾਹ ਤੁਰ ਤੁਰ ਦੇਦਾ ਤੋਂ ਜਾਣ ਤੇ ਤੇਦੀ ਚਾਦਰ ਜਾਣੇ ਓ ਸ਼ਾਹ ਭੇਣ ਨਵਾਦਾ ਕਿਆ ਬਾਤ ਹੈ ਕਿਆ ਬਾਤ ਹੈ ਤੁਹਾਡੀ ਇਬਾਦਤ ਦੀ ਮੌਲਾ ਤੁਹਾਡੀ ਇਬਾਦਤ ਕਬੂਲ ਫਰਮਾਵੇ ਅੱਬਾਸ ਦੀ ਮੌਤ ਅਲੀ ਦੀਆਂ ਧੀਆਂ ਨੂੰ ਖਾ ਗਈ ਹੈ ਬਹੁ ਵੱਡੇ ਮਾਣ ਹਨ ਜਨਾਬੇ ਅੱਬਾਸ ਤੇ ਅਲੀ ਦੀਆਂ ਧੀਆਂ ਨੂੰ ਤੇ ਸਹੀ ਵੰਨਾ ਜਦਾਂ 28 ਅਜਬ ਦੇ ਆਤ ਅਲੀ ਦੀਆਂ ਧੀਆਂ ਨੂੰ ਸਾਨੂੰ ਢਿੱਲ ਜੋ ਹੋਈਏ ਨਾ ਮੇਰੀ ਸਹੀ ਚਾਦਾ ਹੀ ਪਾ ਕੇ ਹਾਏ ਮਸਤੂਈ ਦਬੂਹੇ ਤੇ ਗਈਏ ਦੇ ਪਿਆ ਦੇ ਬੀਬੀਆਂ ਪਰੇਸ਼ਾਨ ਨਾ ਹੋਵੋ ਮੈਂ ਤੁਹਾਡੀ ਜ਼ਾਮੇ ਨਾ ਕਿਉਂ ਜਮੇ ਦਾ ਅੱਬਾਸ ਨਾਲ ਵੀ ਹੋਏਗਾ ਜਿਨ੍ਹਾਂ ਦੀ ਸੋਹਣੀ ਆਏ ਨਿਕਲ ਗਈ ਹੈ ਜੰਨਤ ਵਾਜਬ ਹੋ ਗਈ ਹੈ ਅੱਜ ਨਾ ਰੋਸੋ ਤਾਂ ਵੱਤ ਕਿੱਦਾਂ ਹੋ ਸੋ ਅਲੀ ਦੀਆਂ ਧੀਆਂ ਨੂੰ ਆਵੋ ਸੁਭਾਨ ਅੱਲਾ ਸੁਭਾਨ ਅੱਲਾ ਨੌ ਮੁਹਰਮ ਦਾ ਦਿਨ ਨੇ ਜਨਾਬੇ ਅੱਬਾਸ ਉੱਚੇ ਜਿਹੇ ਟਿੱਬੇ ਤੇ ਚਾਹੀ ਕੇ ਚਾਹੇ ਪਾਸੋਂ ਇਵੇਂ ਦੀਦ ਬਵੇਂ ਦਾ ਕਹੇ ਕਈ ਪਾਸੋਂ 5000 ਫੌਜ ਕਈ ਪਾਸੋਂ 10000 ਫੌਜ ਦਾ ਦਸਤਾਨ ਦਾ ਪਏ ਜਦੋਂ ਗੋਇਆਂ ਦੇ ਟਾਪਾਂ ਦੀ ਆਵਾਜ਼ ਅਲੀ ਦੀ ਧੀ ਸੁਣੀ ਹੈ ਨਾ ਅੱਬਾਸ ਨੂੰ ਸੱਦ ਕੇ ਆਦੀ ਅੱਬਾਸ ਇੱਕ ਦਫ਼ਾ ਮੇਰੇ ਕਈ ਵਾ ਕਦਮਾਂ 'ਤੇ ਹੱਥ ਲਾ ਕੇ ਆਦੇ ਜੀ ਬੀਬੀ ਬੀਬੀ ਆਦੀ ਅੱਛਾ ਇਹ ਸਵਾਲ ਦਾ ਜਵਾਬ ਦੇ ਕਿਤਨੀ ਫੌਜ ਜਮ੍ਹਾਂ ਹੋ ਗਈ ਹੈ ਕਿਆ ਬਲਾ ਵਿੱਚ ਜਨਾਬੇ ਅੱਬਾਸ ਦੀ ਆਵਾਜ਼ ਆਉਂਦੀ ਬੀਬੀ 9 ਲੱਖ ਮਾਤਮੀ ਜਦੋਂ 9 ਲੱਖ ਦਾ ਲਫ਼ਜ਼ ਹੈ ਨਾ ਜਨਾਬੇ ਅੱਬਾਸ ਬਹਿਣ ਦੇ ਚਿਹਰੇ ਤੋਂ ਦਿੱਠਾ ਹੈ ਜੇ ਚਿਹਰਾ ਮੂੰਝਾ ਹੋਵੇ ਸੀ ਲੈ ਹੋਏ ਸੀ ਹਾਂ ਨਾ ਲਾ ਪਿਆ ਦੇ ਅੱਬਾਸ ਬਹਿਣ ਦੇ ਇਮਤਿਹਾਨ ਨਾ ਦੇਣੇ ਤਾਂ ਇਹ 9 ਲੱਖ ਭਾਵੇਂ ਮਗਰਬ ਤੋਂ ਮਸ਼ਰਕ ਸ਼ਮਾਲ ਤੋਂ ਜਨੂਬ ਸਾਰੀਆਂ ਫੌਜਾਂ ਜਮ੍ਹਾਂ ਹੋ ਵਣੀਆਂ ਅੱਬਾਸ ਜੇ ਤੈ ਤੂੰ ਹੈ ਮੈਨੂੰ ਚਾਹਦਾ ਕਿ ਪਹਿਵਾ ਕਰੋ ਵਾਹ ਭਾਈ ਵਾਹ ਵਾਹ ਭਾਈ ਵਾਹ ਵਾਹ ਭਾਈ ਵਾਹ ਕਦੇ ਮਾਤਮ ਤੋਂ ਸਦਕੇ ਕਦੇ ਮਾਤਮ ਤੋਂ ਸਦਕੇ ਦੇਵਾਂ ਬਹੁਤ ਸੋਹਣਾ ਮਾਤਮ ਕੀਤਾ ਜੇ ਤਾਈਂ ਤੂੰ ਹੈ ਜੀ ਬਿਸਮਿਲ੍ਲਾ ਜੀ ਬਾਬਾ ਮੈਂ ਬਿਸਮਿਲ੍ਲਾ ਮੈਂ ਡਿਊਟੀ ਹੈ ਮੈਂ ਨਹੀਂ ਆਖ ਮੰਨਦਾ ਜੇ ਤਾਈਂ ਤੂੰ ਹੈ ਮੈਨੂੰ ਚਾਹਦਾ ਦੀ ਪਹਿਵਾ ਕੋਈ ਨਹੀਂ ਬਈ ਜਾਨ ਬਹੁ ਔਖਾ ਲਫ਼ਜ਼ ਹੈ ਦਿਲ ਦੁਖੀਆ ਤਾਂ ਮੈਨੂੰ ਮਾਫ਼ੀ ਦੇਵੇ ਵਫਾ ਦੱਸਾਂ ਜਨਾਬੇ ਅੱਬਾਸ ਦੀ ਵਫਾ ਕਿਤਨੀ ਵਫਾ ਕੀਤੀ ਹੈ ਜਦੋਂ ਮੇਰਾ ਇਮਾਮ ਸ਼ਾਮ ਦੀਆਂ ਕੈਦਾਂ ਨਿਭਾ ਕੇ ਵਾਪਸ ਵੱਲ ਆਏ ਨਾ ਮਦੀਨੇ ਦੇ ਸਾਹਬੀ ਆਵੇ ਨਾ ਆਲ ਪੁੱਛਣਾ ਮੇਰਾ ਇਮਾਮ ਰੋਵਿਆ ਜਦਾਂ ਨਾ ਚਾਹਵੇ ਨਾ ਜਨਾਬੇ ਅੱਬਾਸ ਦਾ ਮੇਰਾ ਇਮਾਮ ਜ਼ਮੀਨ ਤੋਂ ਬੈਠਾ ਹੋਇਆ ਤਲੀਆਂ ਤੇਜ ਕੇ ਉੱਠਿਆ ਚਾਹੇ ਬਲਾ ਤੋਂ ਦੇਖ ਪਿਆ ਕਿ ਹਾਏ ਮੇਰਾ ਵਫਾਦਾਰ ਚਾਚਾ ਜੇ ਹੈ ਵੰਨਿਆ ਅੱਬਾਸ ਨਾ ਚਾਹਵਿਆ ਮੇਰੇ ਮਾਂ ਦੀਆਂ ਤਲੀਆਂ ਪਟੀਜ ਵੰਨੇ ਨਾ ਉੱਠੀ ਖਲੋ ਵਿਆ ਇਸਤਕਬਾਲ ਵਾਸਤੇ ਇੱਕ ਸਾਹਿਬ ਇਹ ਬੰਦਾ ਦੇਖ ਪਿਆ ਤੇ ਮੈਨੂੰ ਲੈ ਜੁਲੋ ਮੈਂ ਜੁਲਦਾ ਮੈਂ ਅੱਬਾਸ ਦਾ ਨਾਂ ਚਾਹਨਾ ਦੇਦਾਂ ਕਿਤਨੀ ਦਫ਼ਾ ਬਾਕੇ ਦਾ ਬਾਬਾ ਉਠੀਂਦੇ ਅਤੇ ਵੱਲ ਬਾਂਹਦੇ ਅਤੇ ਸਾਹਿਬ ਹੀ ਸਾਹਮਣਿਆਂ ਬੈਠੇ ਦੇਖ ਪਿਆ ਦੇ ਮੈਂ ਸੁਣਿਆ ਤੇਰਾ ਚਾਚਾ ਅੱਬਾਸ ਬਹੁਤ ਸੋਹਣੀ ਜੰਗ ਕੀਤੀ ਹੈ ਮੇਰਾ ਇਮਾਮ ਇਵੇਂ ਤਲੀਆਂ ਟੇਕ ਕੇ ਉੱਠੇ ਵੱਤ ਬਾਂਹਦੇ ਵਧੇ ਹਨ ਜੇ ਵੱਤ ਦੇਖ ਪਿਆ ਦੇ ਮੈਂ ਸੁਣਿਆ ਤੇਰੇ ਚਾਚੇ ਦਾ ਸੱਜਾ ਬਾਜ਼ੂ ਕਲਾਮ ਹੋਏ ਮੇਰੇ ਇਮਾਮ ਵੱਲ ਤਲੀਆਂ ਟੇਕ ਕੇ ਉੱਠੇ ਅਜਾ ਇਮਾਮ ਬਾਂਹਦਾ ਵਧਾ ਵੱਲ ਪੁੱਛੇ ਮੈਂ ਸੁਣਿਆ ਤੇਰੇ ਚਾਚੇ ਦਾ ਖੱਬਾ ਬਾਜ਼ੂ ਕਲਾਮ ਹੋਏ
ਇਮਾਮ ਤਲੀਆ ਟੇਕ ਕੇ ਵੱਲ ਉੱਟੇ ਹਾਂ ਜਨਾਬ ਉਹਦੇ ਦਾ ਮੁਕੱਦਰ ਦਾ ਕਿਲਾ ਗਏ ਜਵਾਨੋ ਵੱਤ ਇਮਾਮ ਬਾਹਦਾ ਵਧਾ ਵੱਤ ਦੇਖ ਕੇ ਤੇ ਮੈਂ ਸੋਏ ਤੇ ਚਾਚੇ ਨੂੰ ਲੋਹੇ ਦਾ ਗੋਜ ਲੱਗੇ ਇਮਾਮ ਬਾਹਦਾ ਵਧਾ ਵੱਲ ਉੱਠੇ 21 ਦਫਾ ਹੀ ਨਾ ਚਾਹੇ ਮੇਰੇ ਇਮਾਮ ਬੈਠੇ ਹੀ ਤੇ ਵੱਲ ਉੱਠੇ ਹੀ ਕਦਮਾਂ ਤੇ ਹੱਥ ਲਾ ਕੇ ਆਦੇ ਮੌਲਾ ਹੈ ਤਾਂ ਮੈਂ ਤੁਹਾਨੂੰ ਠੁਕਿਆ ਮੈਂ ਵਾਸਤੇ ਆਦਾ ਆਵੇਂ ਵੱਤ ਮੇਰੇ ਇਮਾਮ ਦੀ ਆਵਾਜ਼ ਆਨੇ ਤੂੰ ਹੱਥ ਚਾ ਮੈਂ ਦੁਆ ਮੰਗਦਾ ਤੂੰ ਆਮੀਨ ਆ ਕਿਆਮਤ ਤਾਈਂ ਅੱਲਾ ਤੇਰੀ ਜ਼ਿੰਦਗੀ ਵਧਾਵੇ ਮੈਂ ਸੱਜਾਦ ਦੀ ਜ਼ਿੰਦਗੀ ਵਧਾਵੇ ਕਿਆਮਤ ਤਾਈਂ ਤੂੰ ਮੇਰੇ ਚਾਚੇ ਦਾ ਨਾ ਚਾਹੁੰਦਾ ਹੈ ਮੈਂ ਸੱਜਾਦ ਠੀਦਾ ਰਾਸਾ ਵਾਲ ਸੱਜਾਦ ਬੰਦਾ ਆਸਾ ਆਇਆ ਮੇਰਾ ਵਫਾਦਾਰ ਚਾਚਾ ਕਿਆ ਬਾਤ ਹੈ ਕਿਆ ਬਾਤ ਹੈ ਤੁਹਾਡੇ ਮਾਤਮ ਦੀ ਕਿਆ ਬਾਤ ਹੈ ਮੈਂ ਆਨੀ ਤੇ ਮਜਲੇ ਸੇ ਉਚਾਇਨ ਦੇ ਚਿਵਾਇ ਗਮ ਮੈਂ ਉਚਾਇਨ ਦੇ ਦੁਨੀਆ ਦੇ ਪ੍ਰੋਗਰਾਮ ਨਾਲ ਦੇਖਿਆ ਵਾਹ ਬਈ ਵਾਹ ਵਾਹ ਬਈ ਵਾਹ ਤੁਹਾਡੇ ਮਾਤਮ ਤੋਂ ਸਦਕੇ ਇੱਕ ਲਾਜ ਦੁੱਖਾ ਵੀ ਆਖਿਆ ਜਾ ਮੇਰੇ ਖਿਆਲ ਚ ਨਾ ਹੈ ਜੋ ਇਹ ਲਾਜ ਮੈਂ ਆਚਾਂ ਲੇਕਿਨ ਸਾਈਂ ਜੋ ਅਤਾਫ ਹੈ ਮੈਂ ਦਿਨਾ ਉਹ ਜ਼ਬਾਨ ਚੋਂ ਨਿਕਲਦਾ ਹੈ ਜਦਾਂ ਸੈਦਾਂ ਦਾ ਕਾਫਲਾ ਪਹੁੰਚਾਏ ਨਾ ਸ਼ਾਮ ਵਿੱਚ ਯਜ਼ੀਦ ਦੇ ਦਰਬਾਰੇ ਪਹੁੰਚਾਏ ਹੇ ਬਹੁ ਔਖਾ ਲਾਜ 1500 ਕੁਰਸੀਆਂ ਲੱਗੀਆਂ ਹੋਈਆਂ ਹਨ ਯਜ਼ੀਦ ਦੇ ਸੱਜੇ ਪਾਸੋਂ ਨਫਸੀਆਤ ਦਾ ਕੋਈ ਫੈਸਲਾ ਬੈਠਾ ਇਹ ਸਾਈ ਦੇਖਦਾ ਹੈ ਹੁਸੈਨ ਇਬਨ ਅਲੀ ਅਕਬਰ ਬਿਨ ਹੁਸੈਨ ਕਿਆਸਮ ਬਿਨ ਹਸਨ ਅਸਗਰ ਬਿਨ ਹੁਸੈਨ ਹੁਰ ਹਬੀਬ ਸਾਰਿਆਂ ਦੇ ਸਾਈ ਦੇਖਦਾ ਹੈ ਇਹਦੀ ਦੀਤ ਵੱਲ ਟਿੱਕੀ ਇੱਕ ਸਾਈ ਤੇ ਲੋਹੇ ਦੀ ਗਈ ਦਾ ਨਾਲ ਇੱਕ ਸਾਈ ਲਟਕਿਆ ਹੋਇਆ ਇਹਦੀ ਦੀਤ ਵੱਲ ਪਈ ਹੈ ਯਜ਼ੀਦ ਦਾ ਮੁੰਡਾ ਹਲਾਕ ਕਿਆ ਦੇ ਯਜ਼ੀਦ ਤੇ ਜੇ ਅਸਾਈ ਮੈਂ ਲੋਹੇ ਦੀ ਗਈ ਦਾ ਨਾਲ ਦੇਖਦਾ ਪਿਆ ਦਾਵੀ ਦੇ ਦੀ ਇਹ ਜੱਜ ਕੀਤੀ ਹੈ ਇਹ ਯਜ਼ੀਦ ਝੂਠ ਮਾਇ ਕਿਆ ਦੇ ਹਾਂ ਇਹ ਜੰਗ ਕੀਤੀ ਹੈ ਇਹ ਜੰਗ ਲੜਾਏ ਕਿਆਦੇ ਨਹੀਂ ਮੈਂ ਨਫਸੀਆਤ ਦਾ ਕੋਈ ਫੈਸਲਾ ਆ ਇਹ ਦਾ ਸ਼ੋਭ ਹੈ ਇਹਦੀ ਪੇਸ਼ਾਨੀ ਦੇ ਤੇਵਾ ਦੱਸੇ ਦੇ ਇਹ ਜੰਗ ਨਹੀਂ ਲਾਇਆ ਇਹ ਜੰਗ ਲਾਇਆ ਜਿੱਥਾ ਤੂੰ ਬੇਟੇ ਤੂੰ ਨਾ ਹੋਵਿਆ ਇਹ ਹੋਵਿਆ ਜਦੋਂ ਇਹ ਲਫ਼ਜ਼ ਆਖੇ ਨਾ ਜਨਾਬੇ ਆਵਾਜ਼ ਦੇ ਲਫ਼ਜ਼ ਹੱਲਣ ਹੌਲੇ ਹੌਲੇ ਆਵਾਜ਼ ਆ ਜੇ ਕੋਈ ਫੈਸਲਾ ਹੈ ਇਹ ਝੂਠ ਬੇਟਾ ਬੋਲੇਂਦਾ ਹੈ ਅਗਰ ਮੈਂ ਜੰਗ ਲਾਇਆ ਹਾਂ ਸਕੀਨਾ ਦੇ ਗੱਲ ਚ ਹੱਥੀ ਹੋਵੇ ਅਲੀ ਦੀ ਅਧੀਆਂ ਦੇ ਹੱਥੇ ਰੱਸੀਆਂ ਹੋਵੇ ਨਾ ਜਿਹਦਾ ਸੀਨਾ ਮੁਖੇ ਮਾਤਮ ਨਾ ਕਹੇ ਵਾਹ ਬਈ ਵਾਹ ਵਾਹ ਬਈ ਵਾਹ ਵਾਹ ਬਈ ਵਾਹ ਕਦੇ ਮਾਤਮ ਤੋਂ ਸਦਕੇ ਕਦੇ ਮਾਤਮ ਤੋਂ ਸਦਕੇ ਅਜੇ ਮੈਂ ਜੰਗ ਲਾਇਆ ਹਾਂ ਅਲੀ ਦੀ ਅਧੀਆਂ ਦਾ ਵਾਹਿਦ ਨਾ ਆਵਦਾ ਵਾਹ ਬਈ ਵਾਹ ਵਾਹ ਬਈ ਵਾਹ ਅਲ ਅਜ਼ਮਤ ਲਿਲਾਹ ਅਲ ਅਜ਼ਮਤ ਲਿਲਾਹ ਕੀ ਬਾਤ ਹੈ ਕੀ ਬਾਤ ਹੈ ਮੌਲਾ ਤੁਹਾਡੀ ਇਬਾਦਤ ਕਬੂਲ ਫਰਮਾਵੇ ਬਹੁਤ ਸੋਹਣੇ ਇਸ ਤੋਂ ਇਸਤਕਬਾਲ ਕੀਤਾ ਮੈਂ ਸਾਹਿਬ ਦਾ ਬਸ ਰਹਿਣ ਦੇ ਕਈ ਬਾਜ਼ੀਆਂ ਦਾਵੀਂ ਦਾ ਦੀ ਹੋਏ ਕਦਮਾਂ ਤੇ ਹੱਥ ਲਾ ਕਿਆ ਦੇ ਮੌਲਾ ਮੈਨੂੰ ਇਜਾਜ਼ਤ ਦੇ ਸੈਦ ਦਾਦਾ ਤੈਨੂੰ ਜੰਗ ਦੀ ਇਜਾਜ਼ਤ ਦੇਵਾਂ ਹਾਂ ਮੈਂ ਜ਼ੈਨਬ ਭੈਣ ਨਾਲ ਲਾਇਆ ਵਾਂ ਜਨਾਬੇ ਬਾਸ ਮੈਂ ਪਿੱਛਾਂ ਹੱਟੇ ਆਂਦੇ ਨੂੰ ਚਾਚੇ ਨੂੰ ਆਂਦਾ ਦੇਖ ਕੇ ਜਨਾਬੇ ਸਕੀਨਾ ਜਲਦੀ ਨਾਲ ਆਈ ਅਸ ਗਿਆ ਨੂੰ ਪੀਂਘੇ ਚੁਚਾਏ ਇਹ ਇਹਨੇ ਸਕੀਨਾ ਚਈ ਆਉਂਦੀ ਹੈ ਮੂੰਹ ਤੇ ਰੁਮਾਲ ਆ ਜਦਾਂ ਮੇਰੇ ਵਾਲੇ ਪਾਸੇ ਦੇਖੇ ਤਾਂ ਹੰਝਾਸੇ ਮੂੰਹ ਤੇ ਰੁਮਾਲ ਆ ਜਦਾਂ ਚਾਚਾ ਸਾਹਮਣੇ ਆਏ ਨਹੀਂ ਮੈਂ ਰੁਮਾਲ ਹਟਾਇਸ ਚਾਚੇ ਤੋਂ ਦੇਖ ਕੇ ਅਜੇ ਚਾਚਾ ਹੋ ਤਾਈ ਅੱਖੀ ਨਹੀਂ ਖੁੱਲੇ ਚਾਚਾ ਹੋ ਤਾਈ ਦਾ ਮੁੱਠੀ ਬੰਦ ਹੋ ਗਈ ਇੱਕ ਜੁੱਟ ਪਾਣੀ ਦਾ ਲਾਇਆ ਜਨਾਬੇ ਅੱਬਾਸ ਆਦਾ ਤੇਰਾ ਬਾਬਾ ਮੈਨੂੰ ਇਜਾਜ਼ਤ ਨਹੀਂ ਦਿੰਦਾ ਅਜੇ ਮੈਂ ਇਜਾਜ਼ਤ ਲੈ ਦੇਣੀ ਆ ਜਨਾਬੇ ਅੱਬਾਸ ਆਦਾ ਵੱਲ ਮਸ਼ਕ ਪਵਾ ਨਾ ਵਫਾ ਦੇ ਜਨਾਬੇ ਅੱਬਾਸ ਦੀ ਮਸ਼ਕ ਚਾਹੀਏ ਜਨਾਬੇ ਸਕੀਨਾ ਤੇ ਇਹ ਦਫ਼ਾ ਕੋਸ਼ਿਸ਼ ਕੀਤੀ ਇਸ ਲੇਕਿਨ ਮਸ਼ਕ ਪਵਾ ਨਹੀਂ ਸਕੀ ਜਦਾਂ ਰੋਂਦੀਆਂ ਹੋਈ ਅੱਖੀਂ ਦਿੱਤੇ ਨਾ ਜਨਾਬੇ ਅੱਬਾਸ ਇਤਨਾ ਝੁਕਿਆ ਹੈ ਸਾਰੇ ਕਦਮਾਂ ਤੇ ਵੱਜ ਲੱਗੇ ਵਫਾ ਦੇ ਜਨਾਬੇ ਅੱਬਾਸ ਦੇ ਮੇਰੀ ਸਾਈਂ ਨੇ ਮਸ਼ਕ ਪਵਾਈ ਹੈ ਸਈਆ ਦਿੱਠੇ ਨਾ ਮਸ਼ਕ ਪਾ ਕੇ ਵਹਿੰਦਾ ਹੋਇਆ
امام دی آواز آندی ہے سکینہ چاچے نو کن تے بھیجیندی پئی ہے، آواز آندی ہے میدان وچ پانی واسطے، کیوں میدان اسرا نہیں بچدا؟ سیدہ دے چبیا جواب دے، تے دے اسرا دی کتنی عمر ہے؟ بی بی آدھی 6 ماہ۔ سیدہ دے سوچ کے بوئے مت تے دے نہ بچے تے میدا باسی نہ بلے۔ واہ بھائی واہ، واہ بھائی واہ، دادا سوئے ماتم دے دے بیٹھے ہو، چھے دفعہ سا عبادت ماتمی ہو جوان ہو۔ واہ بھائی واہ، واہ بھائی واہ، میں دے نال علی دیاں دیاں ہو ہیں، سوچ کے بید با جناب عباس میدان نے چاہے رستہ صاف کیتا دریاؤ دے کنائے تے پہنچائے، زین تو لتھیں مشک پائیں دی بھڑی، حیوان تو دیکھ کے دینے حیوان پانی پی لے، پابندی تو ساتھ ہوتے ہیں نا، حیوان دی آواز آتی ہے کی میں پانی پیواں، علی دیاں دیاں نوہاں تسیاں بیٹھی ہیں، بیا وفا دا لفظ آتا جب مسلے تے ہنجا بنی لفظ یاد آوے تو میرے واسطے دعا کہہ چھوڑے۔ جدہ مشر پائیں دی بھائی اس نا، پہلے مشر نو پسیس وقت مشر پائیں دی بھائی، تسمے بند کیتے جناب عباس دے ہاتھ پوس گئے ہیں، تر ہو گئے ہیں، کیویں دعائیں ہتھاں تو دیکھ پیا دے تسا تر ہو گئے ہو، علی دیاں دیاں تسیاں بیٹھی ہیں، میں تمہارے نال وعدہ کہنا جدہ حسین میں دی لاش دیا سی تسا میرے نال نہ ہو سو۔ آئیو وفا، وفا دے جناب عباس دے، جدہ زہیا دا چند ناسی بس وین دا قریب آگیاں، تو سا میرے نال نہ ہو سو، میرے امید تو زیادہ رو بیٹھے ہو، ان جھولی ہم پہلاو ماتم دا جملہ جھولی ہم تہیں پہنچا ماں، انہوں دیر ہوئیے جناب سکینہ دی آواز آن دی، بابا او میرے مظلوم بابا، پتران دی موت دا مکہ ہویا بابا، آئے میرا بے وطن بابا، آئے امیدہ مسافر بابا، آئے امیدہ کہیں کچھ نہ کہنے لبابا، بابا امیدہ ہاں اللہ دویندہ امیدہ چاچا عباس لکھا، میرے امام دی آواز آنجے دیکھنا، میرے امام بازو نالو پکے کے ان دھی نچائے اے ان سیدہ دے ہوئیں دیکھ آدھی بابا نیزے تے نیزہ مدہ لگی دے، تلوار تے تلوار ودی لگ دی ہے، مینو چاچا عباس نظر نہیں آندا، امام دی آواز آندی ہے میری دیز ہے سجے پاسے دیکھ، او ماتمی او جدا سکینہ دکھتے عباس سجا بازو چلا بھوئے، عباس دی آواز آندی ہے وانو اس گئے دیوے۔ واہ بھائی واہ، واہ بھائی واہ، واہ بھائی واہ، ایک ظالم نے تلوار مائی ہوٹ ٹیج گئے، بھائی ظالم نبیہ حملہ کیتا ہے چھبا بازو جلم ہو جائے، ایک ظالم نے لوے دا جوز مائے باز سر چل گئے، اوہلے دے کیا دی بابا میدے امائی دے تمائی جاوے ساڈ چاپیان، سیادہ دے بے دریا پیوی اوہ ساڈویا، این نہیں این نہیں جیڑا تا جو اتے ہاتھ آئے، آواز آدھی بے دریا پیوی اوہ ساڈویا، نبی سین سائے تو چادہ لائیے بیٹھیے تے اٹھیے جناب مسلمان دکھتے چاچے باؤ جدوے بازو چلا، میں نمشک دے تسمے موچ پائے، اوہ ویلے میری سین دوے بھائی ودھائے، رو رو کے پیا دیے ہونا مشک دا چھوڑ پیا، حوصلے نال، حوصلے نال، منزل بہو اوکھی ہے جوانو، ہاتھ نہ بند، ہاتھ نہ مند،
जी 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 बिस्मिल्लाह मैं तुहाडा नियाज मानदा मैं तुहाडा गुलाम रो रो के आ दिए हुण मशक दा छोर गया ला चाचा वाल आ गए मैं दा बाबा हे बेहाल अल्लाह जाए मातमे अल्ले वेन बदार के सके में तो मतर सके में जनाबे अब्बास भतीजी ने जवाब दिता है लेकिन सकीना नहीं सुनिया सकीना समझाए चाचा मैं तो हस गया है क्यों जो मैं मौत मैदान च भेज है तुम्हारी तवज्जो मेरे आले पास होया दादा आया दे आ दे आवाज आ दे क्यों जो मैं मौत मैदान च भेज है की वास चाचा मैं नाल नहीं हलेदा ओए जिगा सबात ने लफ्ज सुने ओ मेरे बाबी बाबी मिट्टी ते बह गई है मैदान आले पास मौत के दे रो रो के आ दिए मैदान दो तेनो ओ वाला ना भिजे सा ओ पारी दा असला मैं नाम ना चेसा बावे मरवने असगले ला ओए मातम इबादत है क्या बात है क्या बात है जवान नचे बोए वाह भैया वाह हाथ ना बांध हाथ ना बांध हाथ दा मन जी बिस्मिल्लाह किसे मासूम भी हम मत टाइम लग गए रूहानियत में दसे लिए लेकिन वाती जवाब ने सुनता यो जिया वह सकीना की तय बीबी दमत्था जमीन त्या लग गए देखिया दे चाचा मैं माम दी दिया मैं माम दी मेरा मैं जा दिया सानू यकीन वो बाबा मारिया वैसी और जालम सानो शान दुने सी चाचा तो दसा सादी लासी क्यों न सभा लाए चाचा वाला हाथ प्याला मथी दे जदा यादी दे तो तमा रे दिया शरफादा सारे रखे रहवा रे दी गर दालत आवा रिया यादे वाला वाले आधा मैं क्यों घेर दो बिस्मिल्लाह जी बिस्मिल्लाह ओ मैनो जीन तुलादा है वो ना देखे वो वेच बन दे प्यो छोड़े आदा जदा जदा बेबाज लादा के तू आदे इमाम दे हालत क्या है अमामे दे पेच गल चाहे हो यूए भाई वधाई वधाए रो रो के वधा दे मैं तू दूर ना लाए ओ निमी डोला सगदा जो ते चमा वाह भाई वाह वाह भाई वाह वाह भाई वाह मौला इबादत के बोल सुना रहे जनाबे अब्बास लथा है मेरे इमाम दे के माते हाथ है ना उसे ना तू है कई वेले बहन कई वेले उठी दे हे चौवी दफा मैं दे इमाम जाने वाल उठे ओ जवान मातमी हो आए या अब्बास कह के जमीन ते धर बोले या अली कह के मैं दे इमाम उठी बोले आवाज वधा
اوتیں تباں سوتی مدے ماں مباد سیادی ال پاسو ہے چائے جھولی اچ پایا امام دی لاراں دی ابا محمد نام حسین مولا میری اکھ چت تے بڑی اکھ چٹی لگا ہوئے ماں دے دکھے پاسے دوا سہی میری اکھی سوا کیا ہے میں دے تگینا مظلوم کیوے ہو سیادہ دے اٹھت گن سا لالا دے مولا ہی آلت میں کیا دے سا لالا بھی ہو کر میں سا دے کر تو دے سچے میں دے امام دے نا دے لی پر کے تیچ کیا ہے اکھی سوا کی تیرے روک یا دے مولا من گیا مظلوم تائی دے ہوڑے سیادہ دے اللہ دے نا دے میں نے مزدوئی دے چاہ آدھے مولا کیا دے ماں سیادہ دے بتی سال نو کے صدی دائی ہے اللہ دے نا دے مائی لا دے دا مہمانا ہی سوری زبانا دے کی دفع میں نے دیا تک چاہ اتازی آزا دیا مولا اے جل منا لیا وی میں نے مدینے دے مشہد پوچھے چاہتے ہیں آخر لازمی آدھا ہون سینہ پی آیا نہ کہ ماتمی ہو اللہ انتے مشہد چاہتے میں دے امام ٹوپی بسم اللہ دا سواب ہوئے بیسا ورسے چھا سا بھی ہلالے انہا دا لازے جدر خیمے دے ویچ پہنچے امام دی آوازا دی بین مطام دی مالے کے تھے آوازا دی او بھائی دی بابا بیٹھی ہے او دھیا بیٹھی ہے او فضل بیٹھی ہے
जी बिस्मिल्लाह। जब पता लगे अली दुनिया लिया नो